शिमारू के नए वीडियोस के लिए सब्सक्राइब कीजिए और बेल आइकन को दबाना न भूलें। हे, गुड मॉर्निंग। मिकी, सनी। ए फॉर रूडा, बी फॉर एडा, सी फॉर कूल, डी बड़ा पैडा। ऑलवेज ऑलवेज सिंग दिस सॉन्ग, लव इज राइट एंड फाइट इज रॉन्ग। Good morning. Good morning. Hi, morning, Saloni. Good morning, Kelly. May I come in, sir? Yes, please come in. Good morning, sir. Good morning. You look gorgeous. Thank you, sir. ਕੈਲੀ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਸਰ ਨਹੀਂ ਜਸਟ ਸੈਮ ਓਕੇ ਸੈਮ ਕੈਲੀ ਟੈਲ ਮੀ ਵਾਟ ਡੂ ਯੂ ਫੀਲ ਸਰ ਆਈ ਫੀਲ ਅਸੀਂ ਕੱਲ੍ਹ ਦੀ ਮੀਟਿੰਗ ਲਈ ਆਪਣੀ ਕੋਟੇਸ਼ਨ ਥੋੜ੍ਹੀ ਕੱਟ ਕਰ ਸਕਦੇ ਹਾਂ ਅਤੇ ਪ੍ਰੈਜੈਂਟੇਸ਼ਨ ਵੀ ਰੈਡੀ ਹੈ ਮੈਂ ਪ੍ਰੈਜੈਂਟੇਸ਼ਨ ਦੀ ਨਹੀਂ ਪ੍ਰੈਜੈਂਟ ਦੀ ਗੱਲ ਕਰ ਰਿਹਾ ਆਈ ਮੀਨ ਕਿਵੇਂ ਲੱਗਾ ਮੇਰਾ ਗਿਫਟ ਉਹ ਗਿਫਟ ਉਹ ਤੁਹਾਡੇ ਵੱਲੋਂ ਯੈਸ ਓ ਥੈਂਕ ਯੂ ਸੋ ਮਚ ਸੈਮ ਬਟ ਗਿਫਟ ਨੂੰ ਕਦੇ ਨਾ ਨਹੀਂ ਕਰੀਦੀ ਕੀਪ ਅਪ ਦ ਗੁੱਡ ਵਰਕ ਥੈਂਕ ਯੂ ਸੋ ਮਚ ਸਰ ek kal di presentation di file please have a look I don't think there is any need I trust you phir bhi ek baar sir it's okay kali chal tu kehta the main maan liya thanks once again can I leave now sure ho teri akhaan de vich rehndi zurat pyari ਕਿਹਦੀ ਸੂਰਤ ਰਹਿੰਦੀ ਹੈ ਸੁੱਖੀ ਤੇਰੀਆਂ ਅੱਖਾਂ 'ਚ ਉਹ ਹੈਗੀ ਇੱਕ ਸਰੋਂ ਦੇ ਫੁੱਲ ਵਰਗੀ ਚੰਨ ਦੀ ਚਾਨਣੀ ਵਾਂਗੂ ਨਾ ਠੰਡ ਜੀ ਪਾਉਂਦੀ ਆ ਜਦੋਂ ਸੂਰਜ ਦੀ ਪਹਿਲੀ ਕਿਰਨ ਵਾਂਗੂ ਆਉਂਦੀ ਆ ਨਾ ਹਾਏ ਦਿਨ ਜਾ ਚੜ ਜਾਂਦਾ ਯੂ ਅੰਡਰਸਟੈਂਡ ਨੋ ਇੱਕ ਤਾਂ ਤੇਰੀਆਂ ਬੁਝਾਰਤਾਂ ਮੈਨੂੰ ਸਮਝ ਨਹੀਂ ਆਉਂਦੀਆਂ ਜਿੱਦਾਂ ਤੂੰ ਦਿਮਾਗ ਨਾਲ ਬੁੱਝਣ ਦੀ ਕੋਸ਼ਿਸ਼ ਕਰਦੀ ਹੈ ਜੇ ਮੇਰੇ ਦਿਲ ਨਾਲ ਬੁੱਝੇਗੀ ਨਾ ਤੈਨੂੰ ਸਭ ਸਮਝ ਆਉਣਗੀਆਂ ਸੁੱਖੀ ਤੂੰ ਨਾ ਪਾਗਲ ਹੈ ਪਾਗਲ ਫੋਰ ਯੂ ਓਨਲੀ ਓਕੇ ਜਨਾਬ ਪਾਗਲ ਜੀ ਹੁਣ ਕੋਈ ਕੰਮ ਕਾਰ ਵੀ ਕਰ ਲਈਏ ਯਾ ਸ਼ੋਰ ਚਲੋ ਆ ਵੀ ਜਿੰਦਿਆ ਇੰਨਾ ਸੋਹਣਾ ਮੌਸਮ ਹੈ ਤੂੰ ਮੁਰਝਾਇਆ ਫਿਰਦਾ ਬਾਈ ਕੁਛ ਨਹੀਂ ਯਾਰ ਆ ਘਰੋਂ ਫੋਨ ਜਿਹਾ ਆਇਆ ਸੀ ਘਰੋਂ ਫੋਨ ਆਉਂਦਾ ਹੈ ਲੋਕੀ ਖੁਸ਼ ਹੁੰਦੇ ਨੇ ਤੇ ਤੂੰ ਸਭ ਠੀਕ ਤਾਂ ਹੈ ਬਾਈ ਬਾਕੀ ਸਭ ਤਾਂ ਖੈਰ ਸੁੱਖ ਆ ਬਸ ਆ ਬਾਪੂ ਨੂੰ ਅੱਜ ਵੀ ਜੀ ਲੱਗੀ ਹੋਈ ਹੈ ਉਹ ਬਜ਼ੁਰਗਾਂ ਨੂੰ ਹੁੰਦੀ ਹੈ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਬਾਈ ਉਹਨੂੰ ਡਾਕਟਰ ਦੀ ਨਹੀਂ ਪਟਵਾਰੀ ਦੀ ਲੋੜ ਹੈ ਹਰ 6 ਮਹੀਨੇ ਬਾਅਦ ਫੋਨ ਕਰ ਦਿੰਦਾ 8-10 ਲੱਖ ਚਾਹੀਦਾ ਹੁਣ ਕਹਿੰਦਾ ਨਾਲ ਲੱਗਦੀ ਜ਼ਮੀਨ ਲੈ ਲਈਏ ਉਹ ਮੈਂ ਕਿਹਾ ਬਥੇਰੀ ਆ ਕੀ ਕਰਨੀ ਅੱਗੋਂ ਕਹਿੰਦਾ ਛਿੰਦੀ ਪੁੱਤ ਵਾਟ ਨਾਲ ਵਾਟ ਰਲਦੀ ਆ ਇੱਥੇ ਛਿੰਦੀ ਪੁੱਤ ਦੀ ਸਾਂ ਨਾਲ ਸਾਂ ਨਹੀਂ ਰਲਦੀ ਉੱਥੇ ਬਾਪੂ ਵੱਟਾਂ ਨਾਲ ਵੱਟਾਂ ਰਲਾਈ ਜਾਂਦਾ ਤੂੰ ਇੱਕ ਕੰਮ ਕਰ ਬਾਪੂ ਨੂੰ ਇੱਥੇ ਸੱਦ ਲੈ 2 ਦਿਹਾੜੀਆਂ ਲਵਾ ਜਦੋਂ ਸਾਂ ਨਾਲ ਸਾਂ ਨਾ ਰਲੀ ਬਾਪੂ ਨੇ ਵੱਟ ਨਾਲ ਵੱਟ ਰਲਾਉਣੀ ਬੰਦ ਕਰ ਦੇਣੀ ਹੈ ਬਾਈ ਆ ਬਿਲਕੁਲ ਸਹੀ ਗੱਲ ਕੀਤੀ ਗੱਲਾਂ ਤਾਂ ਮੈਂ ਸਹੀ ਹੋ ਕਰਦਾ ਕੋਈ ਸਮਝਦਾ ਹੀ ਨਹੀਂ ਆ ਬਾਈ ਕੀ ਹਾਲ ਨੇ ਜਵਾਨੋ ਓਕੇ ਓਕੇ ਹੀ ਆ ਬਾਈ ਜੀ ਤੁਹਾਡੇ ਵਾਲੀਆਂ ਮੌਜਾਂ ਕਿੱਥੇ ਓਏ ਅਸੀਂ ਬੜੀਆਂ ਮਿਹਨਤਾਂ ਕੀਤੀਆਂ ਨੇ ਫਿਰ ਜਾ ਕੇ ਕਿਤੇ ਫਾਰਮ ਹਾਊਸ ਬਣੇ ਨੇ ਉਹ ਨਾਲੇ ਅੰਬ ਦੇ ਬੂਟੇ ਨੂੰ ਲਾਉਂਦਿਆਂ ਸਾਰ ਬੂਰ ਥੋੜ੍ਹਾ ਆ ਜਾਂਦਾ ਪਰ ਹਾਂ ਅੰਬ ਜਦੋਂ ਬਾਗ 'ਚ ਲੱਗਦੇ ਆ ਨਾ ਫਿਰ ਹੁੰਦੀਆਂ ਨੇ ਮੌਜਾਂ ਹੀ ਮੌਜਾਂ ਤੁਹਾਡੀਆਂ ਮੌਜਾਂ ਬਣ ਗਈਆਂ ਭਲਿਆਂ ਵੇਲਿਆਂ 'ਚ ਅੱਜ ਕੱਲ੍ਹ ਕਿਤੇ ਦਿਹਾੜੀਆਂ ਲਾ ਕੇ ਮਾਲਕ ਬਣਿਆ ਜਾਂਦਾ ਉਹ ਕਾਕਾ ਜਿੱਡਾ ਤੂੰ ਮਿਹਨਤੀ ਹੈ ਨਾ ਅਤੇ ਖੇਤੀਬਾੜੀ ਦੀ ਜਾਣਕਾਰੀ ਰੱਖਦਾ ਤੇਰਾ ਫਾਰਮ ਹਾਊਸ ਬਣਨ ਲੱਗਿਆ ਟਾਈਮ ਨਹੀਂ ਲੱਗਣਾ ਇਹ ਹੈੱਡਫੋਨਾਂ ਵਾਲੀ ਗੱਲ ਤਾਂ ਠੀਕ ਹੈ ਪਰ ਜਿਹੜਾ ਆ ਮੋਟੇ ਤੇ ਇੰਗਲੈਂਡ ਦੇ ਵਿੱਚ ਪਰਾਂ ਜਿਹਾ ਚੱਕੀ ਫਿਰਦਾ ਇਹ ਕੀ ਕਰਾ ਰਹੀ ਹੋਵੇ ਇਸ ਤੋਂ ਬਗੈਰ ਜੱਟ ਨੂੰ ਖੇਤੀ ਦੀ ਫੀਲਿੰਗ ਜੀ ਨਹੀਂ ਆਉਂਦੀ ਮਹਾਰਾਜ ਓ ਪੱਲਿਆ ਤੇਰੇ ਜੱਟਾ ਖੁਸ਼ ਕੀਤਾ ਹੀ ਤਾਨੀਆ ਤੈਨੂੰ ਪਤਾ ਆ 10,000 ਪਾਉਣ ਦੀ ਪੇਂਟਿੰਗ ਲਵਾਈ ਆ ਆਪਾਂ ਵਾਟ ਐਸਾ ਕੀ ਸਪੈਸ਼ਲ ਹੈ ਇਹਦੇ 'ਚ ਆ ਘੁੱਗੀ ਕਿਸੇ ਵੱਡੇ ਪੇਂਟਰ ਨੇ ਬਣਾਈ ਆ ਇੱਦਾਂ ਹੀ ਸੇਮ ਮੈਂ ਹੀ ਬਣਾਈ ਸੀ ਪੂਰੇ 5,000 ਪਾਉਣ ਦੀ ਵਿਕੀ ਆ ਵਾਓ ਤੇਰੀ ਪੇਂਟਿੰਗ 5,000 ਦੀ ਵਿਕੀ ਉਹ ਪੇਂਟਿੰਗ ਨਹੀਂ ਕਮਲੀਏ ਕਾਰ 5,000 ਪਾਉਣ ਦੀ ਵਿਕੀ ਉਹਦਾ ਐਗਜ਼ੀਬਿਸ਼ਨ ਲਾਉਣ ਦਾ ਖਰਚਾ ਆਇਆ ਸੀ ਨਾ 5,000 ਤੇ ਤੇਰੀ ਪੇਂਟਿੰਗ ਕਿੰਨੇ ਦੀ ਵਿਕੀ
ਜੇ ਪੇਂਟਿੰਗ ਵਿਕੀ ਹੁੰਦੀ ਫਿਰ ਘਰ ਕਾਹਨੂੰ ਵਿਕਦੀ ਤੇ ਜੇ ਹੁਣ ਘਰ ਦੀ ਰੀਮੋਡਲਿੰਗ ਦਾ ਕੰਟਰੈਕਟ ਲਿੱਤਾ ਹੈ ਤਾਂ ਇਹਦੇ 'ਚ ਉੱਦਾਂ ਹੋਣਾ ਨਹੀਂ ਚਾਹੀਦਾ ਉਹ ਘਰ ਨਹੀਂ ਮਕਾਨ ਹੁੰਦਾ ਤੇ ਦੋਹਾਂ 'ਚ ਡਿਫਰੈਂਸ ਕੀ ਹੋਇਆ ਘਰ 'ਚ ਜੇ ਕੋਈ ਰਹਿੰਦਾ ਹੋਵੇ ਤਾਂ ਘਰ ਹੁੰਦਾ ਖਾਲੀ ਤਾਂ ਮਕਾਨ ਹੀ ਹੋਇਆ ਨਾ ਵਾਹ ਫਿਲਾਸਫਰ ਸਾਹਿਬ ਤੇ ਆਪਣਾ ਕੰਮ ਇਹ ਮਕਾਨ ਨੂੰ ਸੋਹਣਾ ਬਣਾਉਣਾ ਵੈਸੇ ਸੋਹਣਾ ਤੇਰੇ ਆਉਣ ਨਾਲ ਹੀ ਹੋ ਗਿਆ ਸੀ ਹੁਣ ਮੈਂ ਵੀ ਤੇਰੇ ਨਾਲ ਹੀ ਹਾਂ ਬਾਕੀ ਦੋਵੇਂ ਰਲ ਕੇ ਨਾ ਆਸ਼ਾ ਸ਼ਕਰਾ ਛੱਡਣੀ ਆ ਬਿਲਕੁਲ ਬਿਲਕੁਲ ਹਾਂ ਰਾਈਟ ਹੋਵੋ ਇੱਥੋਂ ਸਾਹਮਣੇ ਹੀ ਆ ਓਕੇ ਵੈਲਕਮ ਆਜੋ ਆਜੋ ਹੈਲੋ ਵੈਲਕਮ ਬੇਬੀ ਅੱਜ ਇੰਨੀ ਜਲਦੀ ਆ ਗਈ ਰੋਜ਼ੀ ਇੰਨੇ ਵਜੇ ਹੀ ਆਉਂਦੀ ਆ ਸੋ ਸਵੀਟ ਅੱਜ ਤੁਸੀਂ ਬੜੇ ਸੱਜੇ ਹੋਏ ਹੋ ਓ ਥੈਂਕ ਯੂ ਆ ਦੇਖ ਤੇਰੇ ਸੱਜਣ ਲਈ ਵੀ ਮੈਂ ਕਿੰਨਾ ਸੋਹਣਾ ਸੂਟ ਬਣਵਾਇਆ ਇਜ਼ਨਟ ਇਟ ਨਾਈਸ ਮਮ ਸੂਟ ਪਲੀਜ਼ ਬੇਬੀ ਪਾ ਕੇ ਦਿਖਾ ਇੱਕ ਵਾਰੀ ਚਲ ਪਾਜ ਪਾ ਕੇ ਦਿਖਾ ਦੂੰ ਹੁਣ ਮੈਂ ਥੱਕੀ ਹੋਈ ਆ ਅਰੇ ਪੁੱਤੂ ਹੁਣ ਪਾ ਕੇ ਦਿਖਾ ਦੇ ਨਾ ਪਤਾ ਲੱਗ ਜਾਏਗਾ ਜੇ ਕੁਝ ਐਲਟਰ ਕਰਵਾਉਣਾ ਤੇ ਜਾ ਮੇਰੀ ਸੋਹਣੀ ਜਾ ਸ਼ਾਬਾਸ਼ ਥੈਂਕ ਯੂ ਲਵ ਯੂ ਬੇਬੀ ਮਮ ਕਿਹੋ ਜਿਹਾ ਸੂਟ ਸਵਾਇਆ ਇੰਨਾ ਟਾਈਟ ਹੈ ਜਿਹੋ ਜਿਹਾ ਤੀਲਾ ਜਿਹਾ ਤੁਹਾਡਾ ਟੇਲਰ ਹੈ ਉਹੋ ਜਿਹਾ ਮੇਰਾ ਸੂਟ ਸਵਾਤਾ ਕਮ ਓ ਬੇਬੀ ਇਹ ਤੈਨੂੰ ਦੇਖਣ ਆਏ ਨੇ ਬਹਿ ਜਾ ਤੁਹਾਡੀ ਪਸੰਦ ਕੀਤੀ ਹੋਈ ਚੀਜ਼ਾਂ ਮੈਨੂੰ ਘੱਟ ਹੀ ਫਿੱਟ ਆਉਂਦੀਆਂ ਨੇ ਇਹ ਆ ਜੀ ਮੇਰੀ ਬੇਟੀ ਪਲੀਜ਼ ਕਮ ਆਓ ਮੈਂ ਮਿਲਾਵਾਂ ਪਲੀਜ਼ ਕਮ 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 ਵੇਖੋ ਜੀ ਵੇਖੋ ਮੈਨੂੰ ਤੁਸੀਂ ਧਿਆਨ ਨਾਲ ਵੇਖੋ ਇਹ ਮੇਰੀ ਡਾਟਰ ਮਿੱਕੀ ਹੈ ਇਹਨੂੰ ਵੀ ਤੁਸੀਂ ਧਿਆਨ ਨਾਲ ਵੇਖੋ ਯੂ ਨੋ ਬੇਬੀ ਇਹਨਾਂ ਦਾ ਯੂਕੇ ਦੇ ਵਿੱਚ ਬਹੁਤ ਬਿਗ ਬਿਜ਼ਨਸ ਹੈ ਹਾਮਿਦਪੁਰ ਦਾ ਹੈ ਨਾ ਬੇਟਾ ਹਾਮਿਦਪੁਰ ਨਹੀਂ ਆਂਟੀ ਜੀ ਹੈਮਬਰਗਰਸ ਦਾ ਆਂਟੀ ਨੂੰ ਕਹਿ ਮੰਮਾ ਕਹਿ ਨਾ ਹੁਣ ਓਕੇ ਆਂਟੀ ਮੇਰਾ ਮਤਲਬ ਮੰਮੀ ਜੀ ਥੈਂਕ ਯੂ ਜੋ ਜੋ ਕਿ ਸੂਟ ਪੋ ਕੇ ਜੋ ਛੱਡੋ ਨਾ ਮਮ ਸੂਟ ਤਾਂ ਸਿਰਫ ਮੁੰਡੇ ਵੇਖਣ ਲਈ ਫਾਰਮੈਲਿਟੀ ਹੁੰਦੀ ਹੈ ਤੁਹਾਨੂੰ ਤੇ ਸ਼ਾਰਟਸ ਹੀ ਪਸੰਦ ਹੋਣੀਆਂ ਨੇ ਹੈ ਨਾ ਹਾਂਜੀ ਹਾਂਜੀ ਬਿਲਕੁਲ ਉਹ ਨਹੀਂ ਨਹੀਂ ਕਹਿੰਦੇ ਹੁੰਦੇ ਆ ਖਾਈਏ ਮਨ ਪਾਉਂਦਾ ਤੇ ਪਾਈਏ ਜੱਗ ਪਾਉਂਦਾ ਓਹੋ ਮੰਮੀ ਜੀ ਆਪਾਂ ਸੂਟ ਦੇਖਣ ਥੋੜੇ ਆਏ ਹਾਂ ਆਪਾਂ ਤਾਂ ਕੁੜੀ ਦੇਖਣ ਆਏ ਆ ਤੇ ਕੁੜੀ ਤਾਂ ਬਹੁਤ ਸੋਹਣੀ ਹੈ ਤੇ ਕੁੜੀ ਦੀ ਕੁੜੀ ਉਹਦੇ ਤੋਂ ਵੀ ਜ਼ਿਆਦਾ ਸੋਹਣੀ ਹੈ ਫਿਰ ਆਪਾਂ ਰਿਸ਼ਤਾ ਪੱਕਾ ਸਮਝੀਏ ਜੀ ਆਲਰਾਈਟ ਬਾਜੀ ਤੁਹਾਨੂੰ ਬੜੀ ਗਾਲੀ ਹੈ ਬਾਜੀ ਫਨੀ ਵੈਰੀ ਫਨੀ ਬਹੁਤ ਮਜ਼ਾਕੀਆ ਹੈ ਦੇਖਿਓ ਦੇਖਿਓ ਵਿਆਹ ਤੋਂ ਬਾਅਦ ਵੀ ਨਹੀਂ ਇਹਨੇ ਤੁਹਾਡਾ ਦਿਲ ਲਗਾ ਕੇ ਰੱਖਿਆ ਕਰਨਾ ਯੂ ਨੋ ਕਈ ਵਾਰ ਤਾਂ ਮੈਨੂੰ ਵੀ ਦੀਦੀ ਕਹਿ ਦਿੰਦੀ ਹੈ ਨਾ ਬੇਬੀ ਦੀਦੀ ਜੀ ਇਹਨਾਂ ਨੂੰ ਜਾਣ ਲਈ ਤੁਸੀਂ ਕਹੋਗੇ ਜਾਂ ਮੈਂ ਕਹਾਂ ਮੈਨੂੰ ਲੱਗਦਾ ਸਾਡੀ ਇੱਥੇ ਬਹੁਤ ਬੇਇੱਜ਼ਤੀ ਹੋ ਗਈ ਸਾਨੂੰ ਚੱਲਣਾ ਚਾਹੀਦਾ ਹੈ ਇਟ ਜਸਟ ਸਟਾਰਟਡ ਆਂਟੀ ਜੀ ਚੱਲ ਤੂੰ ਚੱਲ ਚੱਲ ਇੱਥੋਂ ਚੱਲੀਏ ਮੈਨੂੰ ਤਾਂ ਲੱਗਦਾ ਤੇਰਾ ਪਿਓ ਵਾਂਗ ਨਾ ਤੇਰਾ ਵੀ ਵਿਆਹ ਔਖਾ ਹੀ ਹੋਣਾ ਚੱਲ ਕੀ ਸੀ ਇਹ ਸਾਰਾ ਕੁਝ ਮਮ ਮੈਂ ਵੀ ਇਹੀ ਪੁੱਛ ਰਹੀ ਹਾਂ ਇਹ ਸਭ ਕੀ ਸੀ ਅੱਛਾ ਤੂੰ ਹੁਣ ਸਾਰੀ ਜ਼ਿੰਦਗੀ ਇੱਥੇ ਬੈਠੀ ਰਹਿਣਾ ਵਿਆਹ ਨਹੀਂ ਕਰਨਾ ਤੇਰਾ ਮਮ ਮੈਂ ਬੱਚੀ ਨਹੀਂ ਹਾਂ ਮੈਨੂੰ ਸਭ ਪਤਾ ਹੈ ਪਲੀਜ਼ ਮਮ ਕਦੇ ਕਦੇ ਮੈਨੂੰ ਵੀ ਟੈਨਸ਼ਨ ਹੋ ਜਾਂਦੀ ਕਿ ਨਾਨੀ ਸ਼ੁੱਡ ਨਾਟ ਸਟਾਰਟ ਲੁਕਿੰਗ ਫਾਰ ਅ ਬੋਏ ਫਾਰ ਮੀ ਐਸ ਵੈਲ ਓ ਮਾਈ ਗੋਡ ਆਲੇ ਖਾ ਲੈ ਤੇ ਫਿਰ ਹੋਮਵਰਕ ਨੂੰ ਚੁੰਬੜ ਜਾ ਬਸ 5 ਮਿੰਟ ਡੈਡ ਸਨੀ ਡੂੜ ਘੰਟਾ ਪਹਿਲਾਂ ਵੀ ਤੂੰ ਆਹੀ ਕਿਹਾ ਸੀ ਬਸ 1 ਮਿੰਟ ਡੈਡ ਚੁੱਪ ਕਰਕੇ ਕਿਤਾਬਾਂ 'ਚ ਸਿਰ ਦੇ ਲੈ ਮੈਂ ਤੈਨੂੰ ਦੱਸਾਂ ਡੈਡ ਪਹਿਲਾਂ ਮੈਂ ਕੰਬਲ 'ਚ ਸਿਰ ਦੇ ਲਾਂ ਸਵੇਰੇ ਉੱਠ ਕੇ ਕਿਤਾਬਾਂ 'ਚ ਦੇ ਲੂੰਗਾ ਹਲੇ ਨਾ ਮੈਨੂੰ ਬਹੁਤ ਨੀਂਦ ਆ ਰਹੀ ਹੈ ਗੇਮਾਂ ਭਾਵੇਂ ਸਾਰੀ ਰਾਤ ਇਹਨਾਂ ਨੂੰ ਖਿਡਾਈ ਜਾਓ ਪੜਨ ਵੇਲੇ ਨੀਂਦ ਆਉਣ ਲੱਗ ਪੈਂਦੀ ਹੈ ਉਹ ਆ ਰਹੇ ਆ ਓਏ ਬ੍ਰੋ ਵਰ ਸਰ ਹਾਂ ਤੈਨੂੰ ਕੀ ਹੋ ਗਿਆ ਕਿੱਦਾਂ ਠੀਕ ਆ ਸੈੱਟ ਚੱਲ ਹੁਣ ਛੇਤੀ ਦੇ ਅੰਦਰ ਤੈਨੂੰ ਇਸ਼ਕ ਉਸ਼ਕ ਹੋ ਗਿਆ ਲੱਗਦਾ ਹੈ ਤੈਨੂੰ ਕੀ ਪਤਾ ਬਰੋ ਆ ਮੁਸਕਰੀਆਂ ਜੀਆਂ ਫੇਰੇ ਆਉਂਦੀਆਂ ਨੇ ਜਦੋਂ ਬੰਦੇ ਨੂੰ ਇਸ਼ਕ ਹੋ ਗਿਆ ਹੋਵੇ ਤੂੰ ਨਾ ਦਿਲ ਦੀਆਂ ਬਦਲੇ ਨਾ ਜਦੋਂ ਦੀ ਉਹ ਜ਼ਿੰਦਗੀ 'ਚ ਆਈ ਆ ਨਾ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆਉਂਦੀਆਂ ਨੇ ਆਹੋ ਸਾਉਣ ਦੇ ਅੰਨੇ ਨੂੰ ਜਿਵੇਂ ਹਰਾ ਹੀ ਹਰਾ ਨਜ਼ਰ ਆਉਂਦਾ ਚਾਰੇ ਪਾਸੇ ਤੂੰ ਬੰਦਾ ਬਣ ਜਾ ਤੈਨੂੰ ਮੈਂ ਦੱਸਾਂ ਇਸ਼ਕ ਉਸ਼ਕ ਦੇ ਚੱਕਰਾਂ 'ਚ ਨਹੀਂ ਪੈਣਾ ਉਹ ਕਾਮਨ ਬ੍ਰੋ ਸ਼ੀ ਸੱਚੇ ਨਾਈਸ ਕਰ ਉਹ ਸਾਰੀਆਂ ਕੁੜੀਆਂ ਨਾਈਸ ਹੁੰਦੀਆਂ ਨੇ ਵਿਆਹ ਤੋਂ ਬਾਅਦ ਨਾਈਫ ਬਣ ਜਾਂਦੀਆਂ ਨੇ
बच जा अजे भी तेनू दस रहा मैं तू बचन की गल करदा मेरा तो जी करदा इश्क नाल भरिया ट्रक मैनू मिद के लंघ जे ते मेरी चीख निकल जाए जिदा चीख भरावा मैं तो तेनू ता ही समझा रहा क्योंकि मैं नहीं चाहता भी तेरी गड्डी भी उत्थे ही लोटनिया खावे जिथे मेरा गड्डा टोटल लॉस होया सी तू घोड़ी चढ़द्या नू देखिया मैं घोड़ी चढ़ के देखिया ओ कमन ब्रो तू प्लीज दारू वेले इदां दियां गल्लां ना करया कर सारा नशे ही लै आंदा सारा भरावा मैनू तो कोई फर्क नहीं पैंदा पै लिया जिहड़ा पैणा सी वाटर बॉटल चेक हैंड सैनिटाइजर चेक टॉवल चेक रेनकोट चेक हैंड क्रीम चेक परफेक्ट लेट्स गो ओके मॉम मम्मा जी ने मना करना सी कि गड्डी लेकर ना जाओ इट वाज माय पिकनिक टुडे हनी ना उन्होंने पूछा ते ना मैं उन्होंने दसया कोई नहीं We'll just get a taxi very soon. Okay. Taxi. Dad, aaj feel late kara tha na. Eh ch nawi gal ki hai? Ede ch nawa eh aa ki aaj na meri picnic aa. Te I don't want to miss it. Oh nahi hon dende late. Tu tension kanu lenna? Jide dad de late hon de ne vadde vadde record hon. Onu tension ta ho hi jandi hai. It's but natural. Acha. Natural da lagda. तेरी टेंशन होनी दूर कर देने आ वेख पैंदा फ्लाइंग गियर ओहो डर लगदा थोड़े फ्लाइंग गियर दी ना ग्रीसिंग होण वाली है लगदा तेल मुक गया उफ की डैड करती ना फिर होई गल टैक्सी स्टॉप Taxi! 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 Oh, it's stopped. Let's go, let's go. Chal, 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 chal. Akkha ne ke dele dasda nahi? Tu anna hai? Taxi pehla main roki si. Hath main ditta si pehla. Hath de nu. Tu bada Akshay Kumar hai. Tu keda badi Katrina Kaif hai inka jiyan la ke pata nahi ki samajh rahi hai aap de aap nu. Itthe mahila shakti sukti nahi chalni. No link pulling discrimination in England. Pehla English ta sikh la. ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਮੂੰਹ ਚੱਕ ਕੇ ਮੂੰਹ ਚੱਕ ਕੇ ਮੂੰਹ ਕਿਤੇ ਹੁਣ ਰੱਖ ਕੇ ਆਵਾਂ ਵੀ ਤੂੰ ਇੱਥੇ ਬਹਿ ਕੇ ਪੰਜਾਬੀ ਬੋਲ ਤੇ ਮੈਂ ਉੱਥੇ ਜਾ ਕੇ ਅੰਗਰੇਜ਼ੀ ਬੋਲਣੀ ਹੈ ਜਸਟ ਸਟਾਪ ਇਟ ਡਰਾਈਵਰ ਕੈਨ ਵੀ ਪਲੀਜ਼ ਗੋ ਟੂ ਲੇਕ ਪਾਰਕ ਜਾਣਾ ਹੈ ਮੈਂ ਮੁਹਤਰਮਾ ਜਨਾਬ ਇੰਨਾ ਸੋਹਣਾ ਤੇ ਮੀਆਂ ਬੀਵੀ ਨਹੀਂ ਲੜਦੇ ਜਿੰਨਾ ਸੋਹਣਾ ਤੁਸੀਂ ਲੜਦੇ ਹੋ ਮੈਂ ਕਹਿੰਦਾ ਜਾਣਾ ਤੁਸੀਂ ਇੱਕੋ ਹੀ ਜਗ੍ਹਾ ਹੈ ਤੁਸੀਂ ਦੋਵੇਂ ਹੀ ਰੱਖੋ ਤਸ਼ਰੀਫ ਓ ਹਲੋ ਉਰਦੂ ਸਰਵਿਸ ਨੋ ਤਸ਼ਰੀਫ ਐਂਡ ਆਲ ਮੈਂ ਨਹੀਂ ਜਾਣਾ ਇਹਦੇ ਨਾਲ ਹਾਂ ਮੈਂ ਵੀ ਨਹੀਂ ਜਾਣਾ ਇਹਦੇ ਨਾਲ ਤੇ ਫਿਰ ਮੈਂ ਜਾਵਾਂ ਜੀ ਕਿਸੇ ਹੋਰ ਨਾਲ ਕੀ ਮੇਰਾ ਮਤਲਬ ਇਹ ਹੈ ਮੈਂ ਕੋਈ ਹੋਰ ਸਵਾਰੀ ਵੇਖਾਂ ਫਿਰ ਨਹੀਂ ਨਹੀਂ ਪਲੀਜ਼ ਤੁਸੀਂ ਚੱਲੋ ਚਲ ਠੀਕ ਹੈ ਲੈ ਲੈ ਉੱਥੇ ਬਸ ਤਾਂ ਨਿਕਲ ਰਹੀ ਹੈ ਆ ਜਾ ਕੇ ਕਮਾਂਡ ਸਟਾਪ 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 ਓਏ ਸਟਾਪ 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 ਚਲ ਚਲ ਸਿਟ ਓਨ ਯੋਰ ਸੀਟ ਓਕੇ